कपड़े धोने होते बंदे ने तो शायद ने उधर हार गले में क्यों डाले हुए तुम लोग असद जी मैं साइकिल तो उतरे हां हां जी तो मैं हाली चढ़ना है क्या मतलब जी मैडम एक्चुअली आप पॉलिसी आप अपना तारुफ तो कराए प्रॉपर्ली अच्छा करा तार असल में ना हंस क्यों रहे हो आप देखे गौर से हां जी ये एक्चुअली मेरे पापा है शक्लो की लगता तुम बिलकुल भी नहीं अबू साडे चौधरी सन चौधरी हां खुसरे भी सन मोटरसाइकिल छे छे ती अब्बा मार के परे हो जा फिर मैं भी अपना अब्बा मारना तुम्हें क्या हुआ ਉਹਦਾ ਵੀ ਪਿਓ ਮੇਰਾ ਵੀ ਪਿਓ ਮੇਰਾ ਕਿਹੜਾ ਮਾਮਾ ਸੀ ਹਾਏ ਮੈਨੂੰ ਹੁਣ ਪਤਾ ਲੱਗਿਆ ਇਹਦਾ ਵੀ ਮਰ ਗਿਆ ਆ ਫਿਰ ਤੇ ਦੁਖੀ ਹੋ ਕੇ ਮੈਂ ਕਿਸੇ ਨੂੰ ਹਾਏ ਹਾਏ ਪਲੀਜ਼ ਮਤ ਰੋ ਮੇਰੀ ਨਾਨੀ ਵੀ ਮਰ ਗਈ ਹੈ ਹੌਸਲਾ ਉਹ ਤੇ ਉਂਝ ਵੀ ਛੱਤੀਆਂ ਤੇ ਮਰੀ ਏ ਉਹਨੂੰ ਨਾ ਮਾਰ ਨਹੀਂ ਰੋਈ ਨਾ ਮਤ ਰੋ ਨਾ ਕਿਉਂ ਰੋ ਰਹੇ ਹੋ तस्वीर कि मैडम क्लियर दसो अगे गल समझा दे अच्छा ਕਿੰਨੇ ਪੈਸੇ ਕਿੰਨੇ ਦੇਖੋ ਜੀ ਮੈਂ ਕਿਸੇ ਨੇ ਕਿਹਾ ਹੈ ਕਿ ਇੱਥੇ ਨਾ ਇੱਕ ਰਹਿੰਦਾ ਮਾਮਾ ਤੁਹਾਡਾ ਅੱਛਾ ਜੀ ਉਹ ਮਰਨ ਵਾਲਾ ਹੈ ਤੇ ਜਾ ਕੇ ਦੋ ਮੁੰਡਿਆਂ ਨਾਲ ਗੱਲ ਕਰ ਲਓ ਉਹ ਮਾਮਾ ਮਰ ਜਾਏਗਾ ਉਹਨਾਂ ਨੂੰ ਪੈਸੇ ਲੈ ਲਓ ਉਹਨਾਂ ਨੂੰ 1.5 ਕਰੋੜ ਦੀ ਪਾਲਿਸੀ ਦੇ ਦਿਓ ਮੈਂ ਪਾਲਿਸੀ ਦੇਣ ਤੇ ਆਈ ਇੱਥੇ ਅੱਛਾ ਉਹ ਇਹ ਮਾਮਾ ਝੂਠੀ ਕਿਉਂ ਗੱਲ ਹੋਰ ਤੇ ਫਿਰ ਮਾਮਾ ਪਾਲ ਹੈ ਸਾਡੇ ਪਤਾ ਨਹੀਂ ਕੀ ਜਜ਼ਬਾਤ ਵੈਸੇ ਕੀ ਮਤਲਬ ਮਾਮੇ ਦਾ ਵੀ ਕਿਤੇ ਲੱਗੇ ਸਟੇਟ ਲਾਇ ਵਾਲੋ ਆਏ ਹੋ ਹਾਂ ਬੀਮਾ ਪਾਲਿਸੀ ਨਹੀਂ ਦੀ ਇਹ ਪਹਿਲੇ ਦੱਸ ਅਸੀਂ ਕੁਛ ਤਾਂ ਕੁਛ ਫਿਰ ਵਾਪਸ ਆਏ ਰੰਗ ਲਾਲ ਹੋਇਆ ਪਿਆ ਤੇਰਾ ਕਿੰਨੇ ਪੈਸੇ ਜੀ ਹਾਏ ਲਾ ਪੈਸੇ ਤੇ ਪਹਿਲੇ ਨੇਵੜੇ ਨੇ ਰੱਖਣ ਦੀ ਜਗ੍ਹਾ ਹੀ ਕੋਈ ਨਹੀਂ ਮਿਲਦੀ ਪਈ ਐਵੇਂ ਝੂਠ ਨਾ ਬੋਲੋ ਤੁਸੀਂ ਚਾਹੋ ਨਾ ਤੇ ਇੱਕ ਸੈਕਿੰਡ ਲਈ ਸਾਡਾ ਮੂੰਹ ਐ ਕਰਾ ਕੇ ਤੇ ਤੁਸੀਂ ਰੱਖ ਸਕਦੇ ਹੋ ਬੱਚੇ ਦਾ ਮਕਸਦ ਇਹ ਕਿ ਜਗ੍ਹਾ ਹੈ ਤੁਸੀਂ ਦੱਸ ਨਹੀਂ ਰਹੇ ਤੁਹਾਨੂੰ ਕਿਵੇਂ ਪਤਾ ਹੈ ਸਾਡੀ ਅੰਮੀ ਵੀ ਰੱਖਦੀ ਹੁੰਦੀ ਸੀ ਤੁਸੀਂ ਕਦੀ ਪਿੰਡਾਂ 'ਚ ਗਏ ਹੋ ਨਾ ਉਹ ਪਰਛੱਤੀ ਬਣੀ ਹੁੰਦੀ ਨਾ ਲੱਕੜ ਦੀ ਉਹ ਪਰਛੱਤੀ ਹਾਂ ਪਿਆਲਿਆਂ ਦੇ ਥੱਲੇ ਅੰਮੀ ਰੱਖਦੇ ਸਨ ਤੁਹਾਡੇ ਘਰ ਪਿਆਲੇ ਨਹੀਂ ਹੈ ਪਰਛੱਤੀ ਦਾ ਨਹੀਂ ਪਤਾ ਮੈਂ ਉਹ ਅਕਸਰ ਕਪੜਾ ਹੁੰਦਾ ਸੀ ਜੀ ਹੱਥ ਨਾਲ ਕਪੜਾ ਕੱਢਿਆ ਐਂ ਕਰਕੇ ਸ਼ੇਡ ਉਹਦੇ ਤੇ ਕਪੜਾ ਫਿਰ ਉਹ ਪਿਆਲੀਆਂ ਅੱਛਾ ਉਹ ਸ਼ੇਡ ਜੋ ਬਣਾਉਂਦਾ ਸੀ ਕਪੜਾ ਚੁੱਕ ਕੇ ਤੇ ਥੱਲੇ ਰੱਖਦੀ ਸੀ ਅੰਮੀ ਅੱਛਾ ਪਿਆਲੀਆਂ ਸਿੱਧੀਆਂ ਕਿ ਪੁੱਠੀਆਂ ਇਹ ਤੇ ਹੁਣ ਅੱਬੇ ਨੂੰ ਹੀ ਪਤਾ ਹੋਏਗਾ ਪੈਸੇ ਉੱਥੋਂ ਪੈਸੇ ਕੱਢਦਾ ਕੋਈ ਨਹੀਂ ਸੀ ਮੈਂ ਦੇਾਂਗੀ ਤੁਹਾਨੂੰ ਮਾਮਾ ਸਾਡਾ ਵੇਖ ਲਓ 1.5 ਕਰੋੜ ਦਾ ਮੂੰਹ ਦਾ ਨਹੀਂ ਹੈਗਾ
ਬਸ ਮੁਕਰ ਨਾ ਜਾਣਾ। ਨਹੀਂ ਮੁਕਰਾਂਗੀ। ਨਹੀਂ ਜੇ 1.5 ਕਰੋੜ ਦੇਗਾ ਕਰੋੜ ਮੈਂ ਦੇਾਂਗੀ। ਫੋਨ ਨੰਬਰ ਤੂੰ ਦੇਣ ਨਹੀਂ ਦੇ ਤੇ 1.5 ਕਰੋੜ ਦੇ ਦੇਂਗੀ ਸਾਨੂੰ। ਯਾਰ ਕੰਫੀਡੈਂਸ ਨਹੀਂ ਕਰਦਾ ਮੇਰੇ ਤੇ, ਇਹਨਾਂ ਦੇ ਹੱਥ 'ਚ ਪੈਸੇ ਫੜੇ ਨੇ ਮੈਂ। ਆਹੋ ਐ ਤੇ ਬੰਦਾ ਠੀਕ ਠੀਕ ਮੈਡਮ। ਤੇ ਆਪਣਾ ਇਹ ਹੁਣ ਚਲੋ ਹੁਣ ਮਾਮੇ ਨੂੰ ਮਾਰ ਗਿਆ ਪਹਿਲੇ। ਮਾਮਾ ਮਰ ਜਾਏਗਾ, 2-3 ਦਿਨਾਂ ਤੱਕ ਮਰ ਜਾਏ ਰਿਪੋਰਟ ਆਈ ਹੁੰਦੀ। ਚਾਹੀ ਕੋ ਦਵਾਈ ਦਿੱਤੀ ਇਹ ਜੀ। ਅੱਛਾ ਮੇਰੇ ਗੱਲ ਸੁਣੋ, ਪੈਨ ਜੋ ਮੈਂ ਸਾਈਨ ਕਰ ਦਿੰਦਾ ਤੁਹਾਨੂੰ। ਮੇਰਾ ਪੈਨ ਅੰਦਰ ਪਿਆ ਹੈ। ਅੰਦਰ ਅੰਦਰ ਆ ਨਾ। ਕੀ ਅੰਦਰ ਪਿਆ ਪੈਨ? ਇਹ ਅੰਦਰ ਜਾ ਭਾਬੀ ਵੀ ਕੱਲੀ ਕਿਤੇ ਤੇ ਤੇਰੇ ਦੀ ਸਾਈਨ ਕਰਨ ਗਈ ਹੋਵੇ। ਉਹ ਤਾਂ ਆਪਣਾ ਹੈਗਾ ਜੀ। ਅੰਦਰ ਜਾਣਾ ਹੈ। ਹਾਂ ਜੀ ਅੰਦਰ ਜਾਣਾ ਹੈ। ਹਾਂ ਜੀ ਤੁਸੀਂ ਐਂ ਕਰੋ ਨਾ ਜੀ, ਅੰਦਰ ਪਾਲਿਸੀ ਵਾਲੀ ਜੈ ਵਕੂਏ ਤੇ ਪਹੁੰਚੋ। ਅੱਛਾ ਆਪ ਪਾਲਿਸੀ ਲੈਣੇ ਆ ਰਹੇ ਹੋ? ਹਾਂ ਮੈਂ ਕਹਿੰਦਾ ਤੁਸੀਂ ਰੈਡੀ ਹੋ ਸੀ ਦੋ ਟਾ ਅੱਗੋ ਹਟ ਜਾ, ਮੈਂ ਕਿਤੇ ਇੱਥੇ ਸਾਈਨ ਨਾ ਕਰਦੇ ਆ। ਯਾਰ ਕਰ ਅੰਮੀ ਨੇ ਕੀ ਕਿਹਾ ਸੀ? ਅੰਮੀ ਨੇ ਕਿਹਾ ਸੀ ਪਹਿਲੇ ਵੱਡਾ ਬੇਟੀ ਜਵਾਨ ਮੋਹ ਤੇ ਰੱਖ ਪਿੱਛੇ ਬੋਲ ਥੋੜੇ ਲੱਗਣ ਦੇ। ਉਹ ਏਡੀ ਜਵਾਨ ਜਨਾਨੀ ਮੈਂ ਇੰਦੀ ਨੇੜੇ ਕਦੀ ਨਹੀਂ ਵੇਖੀ। ਕੋਈ ਗੱਲ ਨਹੀਂ ਪੁੱਛੋ ਕੌਣ ਹੈ। ਕੌਣ ਹੋ? ਅੱਛਾ ਫੇਰ ਉੱਤੋਂ ਇਹ ਹੋਸਟਲ ਉਹ ਜਿਹੜੀ ਜਹਾਜ਼ ਵਿੱਚ ਕੰਡਕਟਰ ਹੁੰਦੀ ਬੰਦਿਆ, ਮੈਂ ਇੱਕ ਵਾਰੀ ਹੈਦਰਾਬਾਦ ਗਿਆ ਸਾਂ ਜਹਾਜ਼ ਤੇ। ਅੱਛਾ ਉਹ ਜਿਹੜੀ ਜਹਾਜ਼ ਵਾਲੇ ਕੰਡਕਟਰ ਨੇ ਮੈਨੂੰ ਆਂਦੀ ਆ ਆਪ ਕਿਆ ਲੈਂਗੇ? ਮੈਂ ਕਿਹਾ ਤਲੇ ਉਤਰ ਕੇ ਰਕਸ਼ਾ। ਉਹ ਕੰਡਕਟਰ ਨਹੀਂ ਹੁੰਦੀ, ਮੇਜ਼ਬਾਨ ਹੁੰਦੀ ਆ, ਫਜ਼ਾਈ ਮੇਜ਼ਬਾਨ। ਮੈਨੂੰ ਕੀ ਪਤਾ ਵੀ ਨਾਲ ਰੋਟੀ ਪਾਣੀ ਵੀ ਦਿੰਦੇ ਨੇ, ਸਾਰਾ ਕੁਝ ਦਿੰਦੇ ਨੇ। ਹਾਂ ਤੇ ਤੁਸੀਂ ਆਪਣਾ ਫਿਲਮਾਂ 'ਚ ਕੰਮ ਕਿਉਂ? ਤੁਹਾਡਾ ਐਡਾ ਸੋਹਣਾ ਚਿਹਰਾ, ਫਿਲਮੀ ਚਿਹਰਾ। ਐਕਟਿੰਗ ਦਾ ਮੈਨੂੰ ਬੜਾ ਸ਼ੌਕ ਹੈ। ਨਹੀਂ ਫਿਲਮਾਂ ਤੁਸੀਂ ਵੇਖਦੇ ਹੋ? ਹਾਂ। ਆ ਜਿਹੜੀਆਂ ਕੁੜੀਆਂ ਬਾਰਿਸ਼ ਵਾਲਾ ਗਾਣਾ ਕਰਦੀਆਂ ਨੇ, ਹਾਂਜੀ ਉਹਨਾਂ ਨੂੰ ਕੁਝ ਹੁੰਦਾ? ਨਹੀਂ। ਅਸੀਂ ਤਾਂ ਮਰਨ ਵਾਲੇ ਹੋ ਤੋ ਗਿਲੀਆਂ ਗਿਲੀਆਂ ਮਰਨ ਵਾਲੇ ਉਦੋਂ ਹੋਏ ਨੇ, ਹੋਰ ਬੜਾ ਤੂੰ ਭੋਲੂ ਭਲਵਾਨ ਹੈ। ਨਹੀਂ ਵੈਸੇ ਮੇਰੀ ਜ਼ਿੰਦਗੀ 'ਚ ਨਾ ਮੈਂ ਸੋਚਿਆ ਸੀ ਮੈਂ ਹੀਰੋ ਬਣਾਂਗਾ। ਅੱਛਾ। ਕਿਉਂਕਿ ਫਾਇਦਾ ਤਾਂ ਹੀਰੋ ਨੂੰ ਹੁੰਦਾ। ਨਹੀਂ ਹੀਰੋ ਤਾਂ ਤੁਸੀਂ ਹੈ ਹੋ। ਅੱਛਾ ਜੀ। ਬਣਨ ਦੀ ਕੀ ਲੋੜ ਹੈ? ਹੀਰੋ ਹੀ ਜਾ, ਹੀਰੋ ਚਾਹ ਬਣ ਲਿਆ, ਜਾ ਹੀਰੋ ਸਾਈਕਲ ਲੈ ਆ, ਉਹ ਹੀਰੋ ਹੀ ਹੁੰਦਾ। ਓਏ ਉਹ ਪੀਨ ਨੇ ਸਾਰੀ ਦੁਨੀਆ ਸਲਾਬ ਆ ਜਾਵੇ ਪੁੱਤਰ ਤੂੰ ਨਹੀਂ ਡੁੱਬ ਸਕਦਾ। ਵਜਾ ਕਿਉਂਕਿ ਤੇਰੀਆਂ ਨਾਸਾਂ 'ਚ ਪਾਣੀ ਵੜੇਗਾ ਤਾਂ ਡੁੱਬੇ ਨਾ। ਤੇ ਮੇਰਾ ਸਾਹ ਏਡਾ ਮਾੜਾ ਹੋਣ ਤਾਂ ਫਿਰ ਤਗੜਾ ਹੋ ਗਿਆ। ਏਡਾ ਬਚਪਨ 'ਚ ਏਡਾ ਮਾੜਾ ਸੀ, ਏਡਾ ਮਾੜਾ ਸੀ, ਇਹਦੀ ਮਾਂ ਨੂੰ ਪੈਂਪਰ ਤਾਂ ਨਹੀਂ ਲਾਉਂਦੀ, ਸਨੀ ਪਲੱਸ ਲਾਉਂਦੀ। ਇਹ ਬਲਾ ਫੀਨ ਨਾ ਕਿਸ ਤਰ੍ਹਾਂ ਹੋਇਆ? ਕਿਸ ਤਰ੍ਹਾਂ? ਇਹ ਜਦੋਂ ਜੰਮਿਆ ਨਾ ਇਹਦੀ ਮਾਂ ਕੋਲ ਦਾਈ ਨੂੰ ਦੇਣ ਜੋਗੇ ਪੈਸੇ ਨਹੀਂ ਸਨ। ਉਹ ਫਿਰ ਜਾਂਦੀ ਜਾਂਦੀ ਗੁਸਰਿਆਂ ਦੀਆਂ ਨਸ ਤੇ ਪੈਰ ਮਾਰ ਗਈ। ਸ਼ਰਮ ਨਹੀਂ ਆਉਂਦੀ ਫੀਨੇ ਨੂੰ ਹੱਥ ਬਣਾ ਦਿੱਤੇ? ਯਾਰ ਕਰ ਤੁਹਾਨੂੰ ਵਹਾ ਰਹੇ ਸੀ ਤਾਂ ਫਿਰ ਮੈਂ ਕਰਨਾ ਇਮਾਨ ਨਾਲ ਤੁਸੀਂ ਹੋ। ਅੱਛਾ ਇੱਕ ਰਾਤ ਜੀ ਚਲੋ ਜੀ ਆਪਣਾ ਇੱਕ ਮਿੰਟ ਠਹਿਰ, ਮੈਂ ਇੰਚੀ ਟੇਪ ਲਈ ਆ। ਚਲੋ ਹਾਂ ਚਲੋ ਚਲੋ ਰੈਡੀ ਹੁਣ ਮੇਰੇ ਨਾਲ ਨਹੀਂ ਤੁਹਾਡੇ ਨਹੀਂ ਮੈਂ ਹੀ ਆ ਨਾ। ਓਕੇ ਆਓ ਇੱਕ ਮਿੰਟ ਠਹਿਰ, ਮੈਂ ਜ਼ਰਾ ਪੈਰ ਪੱਕੇ ਕਰ। ਇਹ ਆਓ ਇੱਕ ਮਿੰਟ ਆਓ ਜੀ ਇੱਕ ਮਿੰਟ ਕੀ ਹੋ ਗਿਆ? ਕੁਛ ਨਹੀਂ ਹੁੰਦਾ, ਮੈਂ ਨਹੀਂ ਤੁਹਾਡੇ ਨਾਲ ਚਾਲੀ ਵਾਰੀ ਮੈਂ ਕਰਨਾ ਉਦੋਂ ਤੱਕ ਜਦੋਂ ਤੱਕ ਮੇਰੇ ਵਾਸਤੇ ਕੋਈ ਫੱਟਾ ਫੁੱਟਾ ਨਾ ਆ ਜਾ। 40 ਵਾਰੀ ਵੱਡੇ ਬੋਲ ਨਾ ਬੋਲੋ, ਇੱਕ ਵਾਰੀ ਹੋ ਜਾ ਬੜੀ ਗੱਲ ਏ। ਅਸ਼ੁਰੂ ਤੋਂ ਆਪ ਜਰਾ ਮੇਰਾ ਧਿਆਨ ਹਟ ਗਿਆ। ਇਹ ਇੱਕ ਮਿੰਟ ਇੱਧਰ ਨਾ ਆਓ, ਮਨੂਸ ਹੈ ਇਹਦੇ ਨਾਲ। ਆਹ 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 ਵੈਰੀ ਗੁੱਡ ਸ਼ਾਬਾਸ਼। ਹਲੋ ਓਏ ਕੋਈ
ਤੇਰਾ ਪਿਓ ਦੋ ਵਾਰੀ ਬਾਹਰ ਹੋ ਗਿਆ।